ਤੁਸੀਂ ਕਦੀ ਕਬੱਡੀ ਵਿੱਚ ਵੀ ਪਾਰਟਿਸਪੇਟ ਕੀਤਾ ਕਿਉਂਕਿ ਰੈਸਲਿੰਗ ਦੇ ਇਲਾਵਾ ਜਿਹੜੀ ਕਬੱਡੀ ਪ੍ਰੋਫੈਸ਼ਨਲ ਚੱਲਦੀ ਹੈ ਇਹਦੇ ਚ ਪੈਸਾ ਬਹੁਤ ਹੈ ਹਾਂਜੀ ਬਿਲਕੁਲ ਉਹਦੇ ਵਿੱਚ ਤੁਸੀਂ ਕਦੀ ਸੋਚਿਆ ਕਦੀ ਟਰਾਈ ਕਰਨ ਦੀ ਜਾਂ ਕੋਈ ਇਦਾਂ ਮਨ ਚ ਤੁਹਾਡੇ ਖਿਆਲ ਆਇਆ ਹੋਵੇ ਮੈਂ ਕਬੱਡੀ ਵਿੱਚ ਪਾਰਟਿਸਪੇਟ ਕਰਾਂ ਪ੍ਰੋਫੈਸ਼ਨਲੀ ਖੇਡਾਂ ਜਾਂ ਜਿੱਦਾਂ ਹੁਣ ਫੋਰਨ ਦੇ ਵਿੱਚ ਕੈਨੇਡਾ ਅਮਰੀਕਾ ਕਾਫੀ ਕਬੱਡੀਜ਼ ਦੇ ਸੀਜ਼ਨ ਚੱਲਦੇ ਰਹਿੰਦੇ ਆ ਤੇ ਉਹਨਾਂ ਨੂੰ ਫਾਈਨੈਂਸ਼ੀਅਲੀ ਬਹੁਤ ਉਧਰੋਂ ਦੀ ਸਪੋਰਟ ਮਿਲ ਜਾਂਦੀ ਹੈ ਐਡ ਬੜੀ ਮਿਲ ਜਾਂਦੀ ਹੈ ਹਾਂਜੀ ਬਿਲਕੁਲ ਐਕਚੁਅਲੀ ਜਦੋਂ ਸ਼ੁਰੂ ਆ ਤੁਹਾਨੂੰ ਦੱਸਿਆ ਮੈਂ ਸ਼ੁਰੂਆਤ ਕੀਤੀ ਸਕੂਲ ਲੈਵਲ ਤੇ ਤੇ ਉਦੋਂ ਮੈਂ ਆਪਣੇ ਸਕੂਲ ਤੇ ਨੈਸ਼ਨਲ ਸਟਾਈਲ ਜਿਹੜੀ ਕਬੱਡੀ ਸੀ ਜੀ ਉਹ ਮੈਂ ਖੇਡਦਾ ਰਿਹਾ ਜੀ ਤੇ ਉਸ ਤੋਂ ਬਾਅਦ ਜਦੋਂ ਪਹਿਲਵਾਨੀ ਵਾਲ ਆ ਗਿਆ ਫਿਰ ਤੇ ਪਹਿਲਵਾਨੀ ਦੇ ਐਕਚੁਅਲੀ ਕਬੱਡੀ ਇਦਾਂ ਦੀ ਗੇਮ ਆ ਜੇ ਤੁਸੀਂ ਪਹਿਲਵਾਨੀ ਕਰਨੀ ਆ ਨਾ ਤੇ ਕਬੱਡੀ ਦੇ ਵਿੱਚ ਸੱਟ ਲੱਗਣ ਦਾ ਬਹੁਤ ਡਰ ਲੱਗਦਾ ਸੀਗਾ ਕਿਉਂਕਿ ਉਹਦੇ ਵਿੱਚ ਕੈਂਚੀ ਵਗੈਰਾ ਮਾਰਦੇ ਸੀ ਜੀ 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 ਤੋਂ ਅਸੀਂ ਜਦੋਂ ਵੈਸੇ ਵੀ ਜੇ ਕੋਈ ਕਿਸੇ ਨੇ ਗੇਮ ਕਰਨੀ ਨਾ ਫੋਕਸ ਇੱਕ ਗੇਮ ਤੇ ਤੁਸੀਂ ਰੱਖੋਗੇ ਤੇ ਤੁਸੀਂ ਕਾਮਯਾਬ ਹੋਗੇ ਜੇ ਤੁਸੀਂ ਕਬੱਡੀ ਵੀ ਨਾਲ ਰੈਸਲਿੰਗ ਕਰੋਗੇ ਤੇ ਤੁਸੀਂ ਕਾਮਯਾਬ ਨਹੀਂ ਹੋ ਸਕਦੇ ਕਿਉਂਕਿ ਦੋ ਗੇਮਾਂ ਦੇ ਵਿੱਚ ਤੁਸੀਂ ਕਾਮਯਾਬ ਨਹੀਂ ਹੋ ਸਕਦੇ ਇਸ ਕਰਕੇ ਮੈਂ ਟਰਾਈ ਨਹੀਂ ਕੀਤੀ ਹਾਂ ਮੈਂ ਆਪਣੇ ਡਿਪਾਰਟਮੈਂਟ ਵੱਲੋਂ ਜਦੋਂ ਮੇਰਿਟ ਹੁੰਦਾ ਸੀਗਾ ਉਦੋਂ ਆਪਣੇ ਡਿਪਾਰਟਮੈਂਟ ਦੀ ਕਬੱਡੀ ਰੈਵਨਿਊ ਸਪੋਰਟ ਮੀਟ ਵਿੱਚ ਉਹਦੇ ਵਿੱਚ ਮੈਂ ਪਾਰਟੀਸਪੇਟ ਕਰਦਾ ਰਿਹਾ ਔਰ ਮੈਂ ਇਕੱਲਾ ਹੀ ਜਿਤਾਉਂਦਾ ਰਿਹਾ ਸਾਰੀ ਟੀਮ ਨੂੰ ਅਸੀਂ ਦੇਖਦੇ ਰਹੇ ਤੁਹਾਨੂੰ ਤੇ ਮਤਲਬ ਉਹ ਸ਼ੌਕਿਆ ਸੀਗਾ ਪਰ ਇਹ ਆ ਵੀ ਜਿਹੜਾ ਗੇਮ ਆ ਗੇਮ ਜਿਹੜੇ ਤੁਸੀਂ ਇੱਕ ਜਿਹੜੀ ਚੁਣੀ ਆ ਉਹਦੇ ਵਿੱਚ ਫੋਕਸ ਰੱਖੋਗੇ ਤੁਸੀਂ ਕਾਮਯਾਬ ਹੋ ਸਕਦੇ ਮਤਲਬ ਤੁਸੀਂ ਕਦੀ ਡਬਲ ਮਾਈਂਡਡ ਨਹੀਂ ਨਹੀਂ ਡਬਲ ਮਾਈਂਡਡ ਨਹੀਂ ਆ ਡਬਲ ਮਾਈਂਡਡ ਹੋਣਾ ਵੀ ਨਹੀਂ ਚਾਹੀਦਾ ਵਾ ਡਬਲ ਮਾਈਂਡਡ ਜਿਹੜਾ ਬੰਦਾ ਹੋਇਆ ਉਹ ਕਾਮਯਾਬ ਨਹੀਂ ਹੋ ਸਕਦਾ ਆਪਾਂ ਗੱਡੀ ਵੀ ਚਲਾਉਣੀ ਆ ਆਪਾਂ ਗੱਡੀ ਕ੍ਰੋਸ ਕਰਨਾ ਵਾ ਅੱਗੋਂ ਆ ਰਹੀ ਆ ਗੱਡੀ ਭਾਅ ਜੀ ਡਬਲ ਮਾਈਂਡਡ ਹੋ ਗਏ ਤਾਂ ਐਕਸੀਡੈਂਟ ਹੋਵੇਗਾ ਇੱਦਾਂ ਹੀ ਇੱਕ ਸਪੋਰਟਸ ਆ ਵੀ ਸਪੋਰਟਸ ਡਬਲ ਮਾਈਂਡਡ ਹੋ ਗਿਆ ਤੇ ਆਪਣਾ ਜੇ ਮੈਂ ਹੁਣ ਕੋਈ ਦਾ ਮਾਰਨਾ ਆ ਸਮਝ ਲਓ ਮੈਂ ਕਹਿੰਦਾ ਮੈਂ ਅਟੈਕ ਕਰਨਾ ਆ ਤੇ ਮੈਂ ਸੋਚਿਆ ਅਟੈਕ ਕਰਾਂ ਕਿ ਨਾ ਕਰਾਂ ਜੇ ਮੈਂ ਉਹਦੇ ਵਿੱਚ ਹੀ ਉਲਝ ਗਿਆ ਤੇ ਫਿਰ ਮੈਂ ਫੇਲ ਹੋ ਜਾਵਾਂਗਾ ਇਸ ਕਰਕੇ ਡਬਲ ਮਾਈਂਡਡ ਦਾ ਕੰਮ ਨਹੀਂ ਹੈ ਤੇ ਦਿਮਾਗ ਜਿਹੜਾ ਹੈਗਾ ਉਹ ਮਤਲਬ ਸਕਿੰਟ ਦਾ ਸੋਮਾ ਹਿੱਸਾ ਕੰਮ ਕਰਦਾ ਵੀ ਕੰਮ ਹੋ ਗਿਆ ਨਹੀਂ ਹੋ ਗਿਆ ਬਸ ਆਹ ਇੱਕ ਮੰਨਦਾ ਇਸ ਕਰਕੇ ਡਬਲ ਮਾਈਂਡਡ ਦਾ ਜਿਹੜਾ ਬੰਦਾ ਹੈ ਉਹ ਕਾਮਯਾਬ ਨਹੀਂ ਹੋ ਸਕਦਾ ਕਿਸੇ ਵੀ ਕੰਮ ਦੇ ਵਿੱਚ ਕੋਈ ਡਬਲ ਮਾਈਂਡਡ ਕੋਈ ਵੀ ਬੰਦਾ ਨਹੀਂ ਕੰਮ